ਜਾਤਾਂ ਦੇ ਸੰਬੰਧ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਆ। ਅਫਸਰਾਂ ਦੇ ਹੁਕਮ ਨਾਲ ਇੱਥੇ ਸਿਕਿਉਰਿਟੀ ਡਿਊਟੀ ਲੱਗੀ ਹੋਈ ਆ ਪੁਲਿਸ ਦੀ, ਜੋ ਕਿ ਬਾਹਰੋਂ ਆਏ ਸ਼ਰਧਾਲੂਆਂ 'ਤੇ ਵੀ ਨਿਗਾਹ ਰੱਖਦੀ ਹੈ ਅਤੇ ਕੋਈ ਉਹਨਾਂ ਦੇ ਵਿੱਚ ਕੋਈ ਦੂਜਾ ਵਿਅਕਤੀ ਨਾ ਆ ਜਾਵੇ। ਬਾਕੀ ਇੱਥੇ ਜਿਹੜੇ ਸ਼ਰਧਾਲੂ ਠਹਿਰਦੇ ਉਹਨਾਂ ਦੀ ਗਿਣਤੀ ਵੀ ਹੁੰਦੀ ਹੈ ਵੀ ਕਿੰਨੇ ਠਹਿਰੇ ਆ ਸਾਡੇ ਕੋਲ, ਕਿੰਨੇ ਜਾ ਰਹੇ ਆ। ਇਹ ਜਿਹੜਾ ਲੰਗਰ ਆ ਜਿੱਥੇ ਤੁਸੀਂ ਡਿਊਟੀ ਦੇ ਰਹੇ ਹੋ, ਕਿਸ ਰੋਡ ਦੇ ਉੱਪਰ ਹੈਗਾ? ਇਹ ਜਲੰਧਰ ਜੰਮੂ ਹਾਈ ਬਾਈਪਾਸ 'ਤੇ। ਸ਼ਿਵ ਸੇਵਕ ਵੈਲਫੇਅਰ ਸੁਸਾਇਟੀ ਸ਼੍ਰੀ ਅਮਰਨਾਥ ਲੰਗਰ ਕਮੇਟੀ ਪਠਾਨਕੋਟ ਵੱਲੋਂ ਹਰ ਸਾਲ ਅਮਰਨਾਥ ਯਾਤਰੀਆਂ ਦੇ ਲਈ ਭੰਡਾਰਾ ਲਗਾਇਆ ਜਾਂਦਾ। ਇਹ 16ਵਾਂ ਭੰਡਾਰਾ ਜੰਮੂ ਜਲੰਧਰ ਨੈਸ਼ਨਲ ਹਾਈਵੇ ਦੇ ਉੱਤੇ ਇਹ ਹਰ ਸਾਲ ਭੰਡਾਰਾ ਜਿਹੜਾ ਇੱਥੇ ਲੱਗਦਾ, ਔਰ ਪੰਜਾਬ ਪੁਲਿਸ ਵੱਲੋਂ ਸਾਡੇ ਸ਼ਹਿਰ ਦੇ SSP ਸਾਹਿਬ ਨੇ ਬਹੁਤ ਹੀ ਅੱਛੇ ਪੁਖਤਾ ਪ੍ਰਬੰਧ ਕੀਤੇ ਨੇ। ਹਰ ਆਉਣ ਵਾਲੇ ਯਾਤਰੀ ਦੇ ਉੱਤੇ ਵੀ ਪੂਰੀ ਨਜ਼ਰ ਹੈ ਵੀ ਯਾਤਰੀਆਂ ਦੇ ਨਾਲ ਕੋਈ ਇਹੋ ਜਿਹਾ ਵਿਅਕਤੀ ਨਾ ਦੇਖਿਆ ਜਾਵੇ, ਔਰ ਅੰਦਰ ਜਿਹੜੇ ਯਾਤਰੀ ਇੰਟਰੀ ਕਰਦੇ ਆ ਔਰ ਯਾਤਰੀਆਂ ਦਾ ਪੂਰਾ ਨਾਂ, ਪਤਾ, ਐਡਰੈਸ, ਗੱਡੀ ਨੰਬਰ ਸਾਰਾ ਲਿਖਿਆ ਜਾਂਦਾ ਔਰ ਪੂਰਾ ਕਾਊਂਟ ਕੀਤਾ ਜਾਂਦਾ, ਔਰ ਪੁਲਿਸ ਵੱਲੋਂ ਜਿਹੜੇ ਬਹੁਤ ਹੀ ਅੱਛੇ ਪ੍ਰਬੰਧ ਜਿਹੜੇ ਆ ਇੱਥੇ ਕੀਤੇ ਗਏ ਨੇ।